ਅਤੇ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੇਲੇ ਬਹੁਤ ਸਾਰੇ ਨਜਾਇਜ਼ ਕਬਜ਼ੇ ਸ਼ਹਿਰਾਂ ਦੀਆਂ ਜ਼ਮੀਨਾਂ ਅਤੇ ਪਿੰਡਾਂ ਦੀਆਂ ਜ਼ਮੀਨਾਂ ਅਤੇ ਜ਼ਮੀਨ ਆ ਭਾਵੇਂ ਸ਼ਾਮਲਾਟ ਆ, ਬਹੁਤ ਸਾਰੇ ਅਸਰ ਸੂਕ ਵਾਲੇ ਬੰਦਿਆਂ ਨੇ ਕੀਤੇ। ਇੱਥੇ ਤਾਂ ਸਿਰਫ ਇਹੀ ਹੈ, ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ ਅਫਸਰ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ, ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ। ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ, 20 ਮਹੀਨਿਆਂ 'ਚ ਤੁਸੀਂ ਐਂ ਕਰੋ, ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਤੁਹਾਡਾ ਇਲਜ਼ਾਮ ਲੱਗ ਜੇ, ਭਗਵੰਤ ਮਾਨ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ। ਮੈਂ ਤਾਂ ਕਿਹਾ ਹੋਇਆ ਕਿ ਇੱਕ ਪਾਸੇ ਸਲਫਾਸ ਪਈ ਹੋਵੇ, ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ, ਮੈਂ ਸਲਫਾਸ ਦੀ ਗੋਲੀ ਖਾਊਂਗਾ, ਮੈਂ ਰੁਪਈਆ ਨਹੀਂ ਖਾਂਦਾ ਲੋਕਾਂ। ਸੋ ਇੰਨੀ ਕੁ ਮੁਸ਼ਕਲ ਆ ਗਈ ਕਿ ਅੱਜ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਸਾਂਝੀ ਚੀਜ਼ ਬਣਾਉਣੀ ਹੋਵੇ ਉਹਦੇ ਵਾਸਤੇ ਜਗ੍ਹਾ ਨਹੀਂ ਲੱਭਦੀ। ਇੱਥੋਂ ਤੱਕ ਕਿ ਲੋਕਾਂ ਨੇ ਛੱਪੜ ਵੀ ਮੰਨ ਲਏ, ਏਕੜ ਜ਼ਮੀਨ ਜਿਹੜੀ ਆ ਉਹ ਨਜਾਇਜ਼ ਕਬਜ਼ਿਆਂ ਤੋਂ ਮੁਕਤ ਸਰਕਾਰ ਨੇ ਕਰਵਾਈ ਆ। 14 ਕਨਾਲ ਅਤੇ 18 ਮਰਲੇ ਜ਼ਮੀਨ ਆ ਜਿਹੜੀ ਉਹਦੀ ਨਿਸ਼ਾਨਦੇਹੀ ਕੀਤੀ ਗਈ ਆ, ਜਿਹੜੀ ਕਿ ਪੰਚਾਇਤੀ ਜ਼ਮੀਨ ਆ। ਇਹ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੇਲੇ ਬਹੁਤ ਸਾਰੇ ਨਜਾਇਜ਼ ਕਬਜ਼ੇ ਸ਼ਹਿਰਾਂ ਦੀਆਂ ਜ਼ਮੀਨਾਂ ਅਤੇ ਪਿੰਡਾਂ ਦੀਆਂ ਜ਼ਮੀਨਾਂ ਅਤੇ ਜ਼ਮੀਨ ਆ ਭਾਵੇਂ ਸ਼ਾਮਲਾਟ ਆ, ਬਹੁਤ ਸਾਰੇ ਅਸਰ ਸੂਕ ਵਾਲੇ ਬੰਦਿਆਂ ਨੇ ਕੀਤੇ। ਸੋ ਉਹਦੇ ਵਿੱਚ ਜਿਹੜੀ ਵੀ ਪਾਰਟੀ ਦੀ ਸਰਕਾਰ ਆ ਜਾਂਦੀ ਸੀ, ਰਵਾਇਤੀ ਪਾਰਟੀਆਂ 'ਚੋਂ ਇੱਕ ਦੂਜੇ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਚੱਲਦਾ ਰਿਹਾ। ਸੋ ਇੰਨੀ ਕੁ ਮੁਸ਼ਕਲ ਆ ਗਈ ਕਿ ਅੱਜ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਸਾਂਝੀ ਚੀਜ਼ ਬਣਾਉਣੀ ਹੋਵੇ ਉਹਦੇ ਵਾਸਤੇ ਜਗ੍ਹਾ ਨਹੀਂ ਲੱਭਦੀ। ਇੱਥੋਂ ਤੱਕ ਕਿ ਲੋਕਾਂ ਨੇ ਛੱਪੜ ਵੀ ਮੰਨ ਲਏ ਅਤੇ ਅੱਜ ਉੱਥੇ ਪਾਣੀ ਪਾਉਣ ਦੀ ਜਿਹੜੀ ਆ ਪਿੰਡ ਦਾ ਉਹ ਬਹੁਤ ਮੁਸ਼ਕਲ ਆ ਰਹੀ ਆ। ਸੋ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ, ਸਰਕਾਰ ਨੇ ਜਿਹੜੀਆਂ ਨਜਾਇਜ਼ ਕਬਜ਼ੇ ਆ ਜਿਨ੍ਹਾਂ ਲੋਕਾਂ ਨੇ ਕੀਤੇ ਉਹਨਾਂ ਕੋਲ ਕਬਜ਼ੇ ਛਡਾਉਣੇ ਸ਼ੁਰੂ ਕੀਤੇ। ਸੋ ਹਜ਼ਾਰਾਂ ਹੀ ਏਕੜ ਜ਼ਮੀਨ ਜਿਹੜੀ ਆ ਉਹ ਨਜਾਇਜ਼ ਕਬਜ਼ਿਆਂ ਤੋਂ ਮੁਕਤ ਸਰਕਾਰ ਨੇ ਕਰਵਾਈ ਆ। ਸੋ ਇਸੇ ਤਰ੍ਹਾਂ ਹੀ ਸਰਕਾਰ ਦੇ ਨਿਰਦੇਸ਼ਾਂ ਦੇ ਉੱਤੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਤਰਨ ਤਾਰਨ ਦਾ ਪ੍ਰਸ਼ਾਸਨ ਜਿਹੜਾ ਉਹ ਪਿੰਡ ਕੱਕਾ ਕੰਡਿਆਲਾ ਵਿਖੇ ਪਹੁੰਚਿਆ ਵਾ, ਜਿੱਥੇ ਕਾਫੀ ਚਿਰ ਤੋਂ ਨਜਾਇਜ਼ ਕਬਜ਼ਾ ਜਿਹੜਾ ਹੋਇਆ ਸੀ। ਪਹਿਲਾਂ ਵੀ ਕਰਮਚਾਰੀ ਆਉਂਦੇ ਰਹੇ ਪਰ ਉਹ ਜਿਹੜੇ ਕਬਜ਼ੇ ਵਾਲੇ ਲੋਕ ਸੀ ਉਹ ਉਹਨਾਂ ਨੂੰ ਡਰਾ ਧਮਕਾ ਕੇ ਜਿਹੜਾ ਵਾਪਸ ਭੇਜ ਦਿੰਦੇ ਰਹੇ। ਸੋ ਅੱਜ ਪ੍ਰਸ਼ਾਸਨ ਜਿਹੜਾ ਉਹ ਬਿਲਕੁਲ ਪੂਰੀ ਤਿਆਰੀ ਦੇ ਨਾਲ ਆਇਆ ਵਾ। ਤਹਿਸੀਲਦਾਰ ਸਾਹਿਬ ਮੈਡਮ ਰੋਬਨਜੀਤ ਵੀ ਆਪਣੇ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਖੁਦ ਇੱਥੇ ਪਹੁੰਚੇ ਨੇ। DSP ਤਰਸੇਮ ਮਸੀਹ ਜੀ ਆਪਣੀ ਜਿਹੜੀ ਆ ਪੁਲਿਸ ਫੋਰਸ ਲੈ ਕੇ ਪਹੁੰਚੇ ਆ। ਸੋ BDPO ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਹੋਰ ਸਰਕਾਰੀ ਅਧਿਕਾਰੀ ਕਰਮਚਾਰੀ ਜਿਹੜੇ ਪਹੁੰਚੇ ਨੇ ਅਤੇ ਇਹ ਲਗਭਗ 14 ਕਨਾਲ ਅਤੇ 18 ਮਰਲੇ ਜ਼ਮੀਨ ਆ ਜਿਹੜੀ ਉਹਦੀ ਨਿਸ਼ਾਨਦੇਹੀ ਕੀਤੀ ਗਈ ਆ, ਜਿਹੜੀ ਕਿ ਪੰਚਾਇਤੀ ਜ਼ਮੀਨ ਆ। ਸੋ ਇਹਦੇ ਉੱਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਕੋਈ ਨਜਾਇਜ਼ ਕਬਜ਼ਾ ਧਾਰਕ ਸੀ ਉਹ ਇੱਥੇ ਫਸਲ ਵਗੈਰਾ ਬੀਜਦਾ ਸੀ। ਲੋਕਾਂ ਨੂੰ ਬਹੁਤ ਮੁਸ਼ਕਲ ਸੀ, ਲੋਕ ਜਦੋਂ ਇੱਥੇ ਪਿੰਡ ਦੇ ਵਿੱਚ ਆਈਦਾ ਸੀ ਉਹ ਕਹਿੰਦੇ ਜੀ ਸਾਡੇ ਬੱਚਿਆਂ ਨੂੰ ਕੋਈ ਖੇਡ ਗਰਾਊਂਡ ਨਹੀਂ ਗੀ। ਸੋ ਇਹ ਜਿਹੜਾ ਮੈਂ ਸਮਝਦਾ ਵਾਂ ਵੀ ਜਿਹੜੇ ਇਹੋ ਜਿਹੇ ਅਸਰ ਸੂਫ ਵਾਲੇ ਬੰਦੇ ਆ ਜੇ ਉਹ ਇਹੋ ਜਿਹੀ ਉਹਨਾਂ ਨੂੰ ਕੋਈ ਨਹੀਂ ਗਾ ਵੀ ਸਾਡੇ ਇੱਥੇ ਪਿੰਡ ਦੇ
ਬੱਚਿਆਂ ਨੂੰ ਕੋਈ ਖੇਡ ਗਰਾਊਂਡ ਚਾਹੀਦੀ ਹੈ ਜਾਂ ਕੋਈ ਇੱਥੇ ਪਿੰਡ ਦੇ ਵਿੱਚ ਸੁਵਿਧਾਵਾਂ ਚਾਹੀਦੀਆਂ, ਉਹ ਆਪਣਾ ਹੀ ਜਿਹੜਾ ਵਾ ਕਬਜ਼ਾ ਕਰਕੇ ਬੈਠੇ ਆ ਅਤੇ ਨਜਾਇਜ਼ ਜਿਹੜੀ ਆ ਉਹ ਸਰਕਾਰੀ ਜਿਹੜੀ ਪ੍ਰਾਪਰਟੀ ਆ ਉਹਦੀ ਵਰਤੋਂ ਕਰ ਰਹੇ। ਸੋ ਅੱਜ ਪ੍ਰਸ਼ਾਸਨ ਨੇ ਜੋ ਇੱਥੇ ਪਿੰਡ ਕੱਕਾ ਕੰਡਿਆਲਾ ਵਿਖੇ ਪਹੁੰਚ ਕੇ ਇਹ ਜਿਹੜਾ ਇੱਕ ਵਧੀਆ ਕੰਮ ਕੀਤਾ ਵਾ ਉਹਦੇ ਵਾਸਤੇ ਸਾਰੇ ਜਿਹੜੇ ਆ ਇਹ ਸਰਾਹਣਾ ਦੇ ਪਾਤਰ ਨੇ। ਸੋ ਇਸੇ ਤਰ੍ਹਾਂ ਹੀ ਇਹਨਾਂ ਨੇ ਮੈਨੂੰ ਹੋਰ ਵੀ ਦੱਸਿਆ ਕਿ ਬਹੁਤ ਸਾਰੇ ਤਰਨ ਤਾਰਨ ਹਲਕੇ ਦੇ ਵਿੱਚ ਕੀ ਸ਼ਹਿਰ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਨਜਾਇਜ਼ ਕਬਜ਼ੇ ਜਿਹੜੇ ਹੋਏ ਨੇ। ਸੋ ਇਹ ਜਿਹੜੇ ਕੰਮ ਆ ਇਹ ਜਾਰੀ ਰੱਖਣਗੇ ਅਤੇ ਮੇਰੀ ਲੋਕਾਂ ਨੂੰ ਅਪੀਲ ਆ ਕਿਉਂਕਿ ਇਹ ਮਾਣਯੋਗ ਅਦਾਲਤਾਂ ਦਾ ਵੀ ਹੁਕਮ ਆ ਕਿ ਭਾਵੇਂ ਕੋਈ ਕਬਜ਼ਾ ਧਾਰਕ ਜਿਹੜਾ ਵਾ ਸਰਕਾਰੀ ਜ਼ਮੀਨ ਦੇ ਉੱਤੇ ਪੰਚਾਇਤੀ ਜ਼ਮੀਨ ਦੇ ਉੱਤੇ ਕਿੰਨੇ ਚਿਰ ਤੋਂ ਵੀ ਆ ਉਹਦੇ ਕੋਲ ਜਿਹੜਾ ਵਾ ਇਹ ਕਬਜ਼ਾ ਛਡਾਇਆ ਜਾਣਾ ਵਾ। ਸੋ ਸਾਰੀ ਮੇਰੀ ਹਲਕਾ ਵਾਸੀਆਂ ਨੂੰ ਹੋਰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਜਿਹੜੇ ਜਿੰਨੇ ਵੀ ਕੋਈ ਇਹ ਨਜਾਇਜ਼ ਕਬਜ਼ਾ ਕੀਤਾ ਵਾ ਜਿੰਨਾ ਚਿਰ ਉਹਨੇ ਉਹਦੀ ਖੱਟੀ ਖਾ ਲਈ ਆ ਜਾਂ ਵਰਤ ਲਈ ਆ ਠੀਕ ਆ, ਬਾਕੀ ਨਜਾਇਜ਼ ਕਬਜ਼ਾ ਜਿਹੜਾ ਆਪਣੇ ਤੌਰ 'ਤੇ ਛੱਡ ਦਿੱਤਾ ਜਾਵੇ ਤਾਂ ਬਿਹਤਰ ਆ, ਨਹੀਂ ਤਾਂ ਪ੍ਰਸ਼ਾਸਨ ਅਤੇ ਉਹ ਛਡਾਉਣ ਵਾਸਤੇ ਮਜਬੂਰ ਹੋ। ਜੀਤ ਕੌਰ, ਤਹਿਸੀਲਦਾਰ ਤਰਨ ਤਾਰਨ। ਅੱਜ ਅਸੀਂ ਪਿੰਡ ਕੱਕਾ ਕੰਡਿਆਲਾ ਦੀ ਪੰਚਾਇਤ ਜ਼ਮੀਨ ਜੋ ਕਿ 16 ਕਨਾਲ ਦੇ ਲਗਭਗ ਸੀਗੀ, 14 ਕਨਾਲ 18 ਮਰਲੇ ਕੁੱਲ, ਜਿਸ 'ਤੇ ਪੁਰਾਣੇ ਕਾਫੀ ਲੰਬੇ ਸਮੇਂ ਤੋਂ ਪ੍ਰਾਈਵੇਟ ਧਿਰਾਂ ਦਾ ਕਬਜ਼ਾ ਸੀਗਾ ਅਤੇ ਅਸੀਂ ਇਹਦੀ ਪ੍ਰੋਪਰ ਤਰੀਕੇ ਦੇ ਨਾਲ ਲਿਖ ਲਿਖਾਵਾ ਕਰਕੇ PDPO ਵੱਲੋਂ ਨਿਸ਼ਾਨਦੇਹੀ ਦੀ ਦਰਖਾਸਤ ਲੈ ਕੇ ਪੁਲਿਸ ਫੋਰਸ ਦੀ ਮਦਦ ਲੈ ਕੇ ਅੱਜ ਇਹ ਕਬਜ਼ਾ ਛੁਡਵਾਇਆ ਜੀ। ਅਤੇ ਇਸ ਤੋਂ ਬਾਅਦ ਇਹ ਜ਼ਮੀਨ ਹੁਣ ਪੰਚਾਇਤ ਮਹਿਕਮੇ ਦੀ ਹੈ, ਇਸ ਕਰਕੇ PDPO ਤਰਨ ਤਾਰਨ ਦੇ ਥਰੂ ਇੱਥੇ ਅਸੀਂ ਅੱਜ ਨਿਸ਼ਾਨੀਆਂ ਲਗਵਾ ਦਿੱਤੀਆਂ ਨੇ ਅਤੇ ਅੱਗੇ ਹੁਣ ਇਹਦੀ ਦਖਲ ਦੀ ਕਾਰਵਾਈ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਸਟੈਪਸ ਹੋਣਗੇ ਅਸੀਂ ਅਕੋਰਡਿੰਗ ਟੂ ਐਸ ਪਰ ਲਾਅ ਇਸ ਚੀਜ਼ ਨੂੰ ਅੱਗੇ ਮੁਕੰਮਲ ਕਰਨਾ। ਸਮਾਂ ਲੱਗਿਆ ਮੈਡਮ ਇਹ ਜਗ੍ਹਾ ਛਡਵਾਉਣ ਲੱਗਿਆ ਤੁਹਾਨੂੰ? ਇਹ ਸਾਨੂੰ 3 ਤੋਂ 4 ਮਹੀਨੇ ਕਿਉਂਕਿ ਪੁਲਿਸ ਫੋਰਸ ਹੋਰ ਵੀ, ਕਿਉਂਕਿ ਅਸੀਂ ਪਹਿਲਾਂ ਵੀ ਸਾਡਾ ਸਟਾਫ ਇੱਥੇ ਆ ਕੇ ਨਿਸ਼ਾਨੀਆਂ ਲਾਉਣ ਆਏ ਸੀਗੇ ਪਰ ਦੂਜੀ ਧਿਰ ਵੱਲੋਂ ਇਤਰਾਜ਼ ਕਰਨ ਕਰਕੇ ਇੱਥੇ ਉਹ ਕਾਰਵਾਈ ਮੁਕੰਮਲ